ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਗੁੱਡ ਮਾਰਨਿੰਗ ਗਾਇਸ ਸੋ ਗਾਇਸ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਵਾਹਿਗੁਰੂ ਜੀ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਸੋ ਗਾਇਸ ਆਈ ਹੋਪ एवरीवन ਇਜ਼ ਓਕੇ ਆਈ نو एवरीवन ਇਜ਼ ਓਕੇ ਜਸ ਮੈਂ ਪੁੱਛਦੀ ਰਹਿਣੀ ਆ ਮੇਰਾ ਫਰਜ਼ ਬੰਦਾ ਆ ਮੈਂ ਆਪਣੀ YouTube ਫੈਮਿਲੀ ਨੂੰ ਵੀ ਪੁੱਛਾਂ ਕਿੱਦਾਂ ਆ ਮੇਰੀ YouTube ਫੈਮਿਲੀ ਠੀਕ ਠਾਕ ਆਈ نو एवरीवन ਇਜ਼ ਓਕੇ ਵਾਹਿਗੁਰੂ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਤੇ ਖੁਸ਼ ਰਹਿਓ ਆਪਣੇ ਆਪਣੇ ਘਰਾਂ ਵਿੱਚ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਰਹੋ ਬਸ ਤੇ ਆ ਹੈਗਾ ਮੇਰਾ ਮਾਰਨਿੰਗ ਵਲੋਗ ਮੈਂ ਵਲੋਗ ਬਣਾਉਣੇ ਬੈਸੀ ਆਪਣੇ ਘਰ ਦੇ ਦੇਖ ਲਈ ਬੇਸੀ ਬੈਲਕਨੀ ਚ ਆਈ ਸੀ ਤੇ ਐਕਚੁਅਲੀ ਮੈਂ ਕਾ ਦੇਖਦੀ ਹਾਂ ਠੰਡ ਗਈ ਸਨੋਤ ਨਹੀਂ ਪਈ ਐਕਚੁਅਲੀ ਸਨੋਤ ਨਹੀਂ ਪਈ ਬਟ ਥੋੜੀ ਥੋੜੀ ਨਾ ਵਾਈਟ ਵਾਈਟ ਜਿਹਾ ਫਲੋ ਤੇ ਹੋ ਗਿਆ ਲਾਈਕ ਆਈਸ ਜੀ ਜੰਮੀ ਆ ਮਾਰਨਿੰਗ ਤੇ ਤੇ ਹੁਣ ਧੁੱਪ ਚੜੂਗੀ ਤਾਂ ਠੀਕ ਹੋਗਾ ਬਟ ਵੈਦਰ ਇਜ਼ ਅ ਮਾਈਨਸ ਹੋਇਆ ਹੈ ਮਾਈਨਸ 6 ਹੋ ਗਿਆ ਹੈ ਐਨੀ ਠੰਡ ਪੈ ਚੁੱਕੀ ਆ ਤੇ ਹੁਣ ਅਸੀਂ ਸਕੂਲ ਨੂੰ ਜਾਣਾ ਜਸ ਮੈਂ ਵੇਖਣ ਦੀ ਕਿ ਚਾਂਨਨ ਹੋਇਆ ਜਾਂ ਨਹੀਂ ਬਟ ਹੁਣ ਬੱਚੇ ਨਿਕਲ ਆਏ ਆ ਬਾਹਰ ਆ ਵੇਖ ਸਕਦੇ ਹੋ ਤੁਸੀਂ ਥੋੜਾ ਥੋੜਾ ਦਿਨ ਨਿਕਲਣ ਦੇ ਆ ਯਾ ਸੂਰਜ ਲਾਈਕ ਨਿਕਲ ਜਾਣਾ ਬਟ ਹਜੇ ਤਾਂ 4 ਵਜੇ ਨਾ ਸਵੇਰੇ ਸਵੇਰੇ ਤੇ ਠੰਡ ਹੀ ਹੁੰਦੀ ਆ ਲਾਈਕ ਅ ਮਾਰਨਿੰਗ ਟਾਈਮ ਤੇ ਹੁਣ ਤੁਸੀਂ ਅਸੀਂ ਪਹੁੰਚਿਆ ਲਿਡਲ ਦੇ ਕੋਲ ਬੱਸ ਸਟਾਪ ਤੇ ਤੇ ਬੱਸ ਬੱਸ ਆਣੀ ਵਾਲੀ ਆ ਤੇ ਇੱਕ ਨੇ ਚੈੱਕ ਕੀਤਾ 2 ਮਿੰਟ ਵਿੱਚ ਕਹਿੰਦਾ ਸੀ ਬੱਸ ਆ ਜਣੀ ਆ ਤੇ ਮੈਂ ਕਿਹਾ ਚੱਲ ਫੇਰ ਕੋਈ ਨਾ ਵੇਟ ਕਰ ਲੈਨੇ 2 ਮਿੰਟ ਵੀ ਸੋ ਹੁਣ ਅਸੀਂ ਬੱਸ ਦੀ ਵੇਟ ਕਰਦੇ ਪਏ ਤੇ ਫਾਈਨਲੀ ਬੱਸ ਵੀ ਆਣੀ ਵਾਲੀ ਆ ਕਹਿੰਦਾ 1 ਮਿੰਟ ਰਹਿ ਗਈ ਬੱਸ ਆ ਹੀ ਗਈ ਆ ਬੱਸ ਸੋ ਗਾਇਸ ਫਾਈਨਲੀ ਬੱਸ ਆ ਚੁੱਕੀ ਆ ਤੇ ਅਸੀਂ ਹੁਣ ਬੈਠ ਲਿ ਗਏ ਹਾਂ ਬੱਸ ਤੇ ਗਾਇਸ ਪਹੁੰਚ ਚੁੱਕੇ ਆਪਣੀ ਮੰਜ਼ਿਲ 'ਚ ਬਟ ਅੱਜ ਨਾ ਬਸ ਥੋੜੀ ਅਰਲੀ ਆ ਗਈ ਸੀ ਤੇ ਅਰਲੀ ਅਸੀਂ ਨਿਕਲ ਆਏ ਤੇ ਸਾਡੇ ਹਰ ਕੋ 10 ਮਿੰਟ ਹੈਗਾ ਟ੍ਰੇਨ ਆਉਣ 'ਚ ਤੇ ਆ ਕਹਿੰਦੇ ਆ ਕੁਝ ਲੈਣਾ ਆ ਤੇ ਆ ਨਾ ਪਲਾਂਟ ਬੇਸ ਮਫਨ ਇਹਨਾਂ ਨੇ ਲਿਆ ਪਲਾਂਟ ਬੇਸ ਵੈਜੀਟੇਰੀਅਨ ਆ ਐਂਡ ਮੈਂ ਲਈ ਆ ਹੌਟ ਚਾਕਲੇਟ ਮੈਂ ਕਿਹਾ ਚਲ ਮੈਂ ਵੀ ਲੈ ਲੈਣੀ ਆ ਠੰਡ ਬਹੁਤ ਆ ਤੇ ਆ ਦੋਵਾਂ ਭਰਾ ਖਾਂਦੇ ਪਏ ਆਪਣੇ ਮਫਨ ਇੰਜੋਏਮੈਂਟ ਕਰਨ ਦੇ ਆ ਵੈਜੀਟੇਰੀਅਨ ਪਲਾਂਟ ਬੇਸ ਆ ਐਂਡ ਅਸੀਂ ਬੈਠ ਚੁੱਕੇ ਆ ਟ੍ਰੇਨ ਤੇ ਤੇ ਆ ਲਈ ਸੀ ਮੈਂ ਹੌਟ ਚਾਕਲੇਟ ਆ ਵੇਖੋ ਮੇਰੀ ਸਟਾਰਬੁਸ਼ ਜਿਹਨੂੰ ਮੈਨੂੰ ਬਹੁਤ ਪਸੰਦ ਆ ਇਹਦੀ ਚੋਕਲੇਟ ਬਹੁਤ ਵਧੀਆ ਹੁੰਦੀ ਆ ਪਰ ਮਾਰਨਿੰਗ ਟਾਈਮ ਅਸੀਂ ਕਦੀ ਕਦੀ ਲੈਨੇ ਆ ਮੰਥ ਵਿੱਚ ਇੱਕ ਵਾਰੀ ਮਹੀਨੇ ਚ ਇੱਕ ਵਾਰੀ ਨੋ ਐਵਰੀ ਡੇ ਸੋ ਫਾਈਨਲੀ ਤੇ ਗਰੁੱਪ ਵੇਖੋ ਲਾਈਨ ਚ ਲੱਗਾ ਆ ਬਸ ਦੇ ਅੰਦਰ ਚੜਨ ਲੱਗੇ ਆ ਕਿਉਂ ਲੱਗਾ ਆ ਬਸ ਦਾ ਤੇ ਹੁਣ ਮੈਂ ਤੇ ਫਤਿਹ ਚੱਲੇ ਆ ਘਰ ਅਸੀਂ ਐਕਚੁਅਲੀ ਫਤਿਹ ਸਿੰਘ ਨੂੰ ਸਕੂਲ ਡ੍ਰੌਪ ਕਰਨਾ ਆ ਤੇ ਆ ਹੁਣ ਅਸੀਂ ਟ੍ਰੇਨ ਸਟੇਸ਼ਨ ਦੇ ਬੈਕ ਚੱਲੇ ਆ ਤੇ ਹੁਣ ਟ੍ਰੇਨ ਦੇ ਆਉਣ ਲੱਗੀ ਆ 2 ਮਿੰਟ ਰਹਿ ਗਏ ਪਤਾ ਨਹੀਂ ਕਿੰਨੇ ਮਿੰਟ ਚ ਟ੍ਰੇਨ ਆਉਂਦੀ ਆ ਫਿੰਗ 2-3 ਮਿੰਟ ਵਿੱਚ ਆ ਹੀ ਜਾਊਗੀ ਉਹ ਟ੍ਰੇਨ ਦੂਸਰੀ ਹੀ ਮੈਂ ਸੋਚਿਆ ਆ ਗਈ ਆ ਬਟ ਨਹੀਂ ਆਈ ਹੁਣ ਅਸੀਂ ਉਤਰਦੇ ਪਏ ਆ ਪੋੜੀਆਂ ਦੇ ਥੱਲੇ ਤੇ ਫਿਰ ਚੱਲ ਕੇ ਦੇਖਦੇ ਆ ਕਿੰਨੇ ਮਿੰਟ ਨੂੰ ਟ੍ਰੇਨ ਆਉਂਦੀ ਆ ਓ ਮਾਈ ਗੋਡ ਲੁੱਕ ਦਾ ਮੈਨ ਟ੍ਰੇਨ ਇਜ਼ ਕਮਿੰਗ 8 ਮਿੰਟ ਓ ਮਾਈ ਗੋਡ 8 ਮਿੰਟ ਅਸੀਂ ਵੇਟ ਕਰਨਾ ਪੈਣਾ ਹਾਇ ਰੱਬਾ ਫਤਿਹ ਸਿੰਘ ਨੇ ਅੱਜ ਲੇਟ ਹੋ ਜਾਣਾ ਸਕੂਲ ਵਿੱਚ ਮੇਬੀ ਵਾਈਗੁਰ ਦੀ ਕਿਰਪਾ ਹੋਈ ਤਾਂ ਪਹੁੰਚਾਂਗੇ ਆ ਫਤਿਹ ਸਿੰਘ ਦਾ ਫਰੈਂਡ ਹੈ ਨਾਲ ਪ੍ਰਿੰਸ ਇਹਦਾ ਨਾਇਆ ਤੇ ਇਹ ਲਾਈਕ ਇਹਦਾ ਫਰੈਂਡ ਹੈਗਾ ਸੇਮ ਕਲਾਸ ਵਿੱਚ ਹੈ ਗਿਆ ਦੋਵੇਂ ਗੱਲਾਂ ਮਾਰਦੇ ਪਿਆ ਤੁਸੀਂ ਵੀ ਸੁਣੋ ਇਹਨਾਂ ਦੀਆਂ ਗੱਲਾਂ Me too, I was, just, but I uh, just come late and I did this move. So, and I just, go, just, um, um, I just go this way. This way two, but, uh, I could score you there. Because you're winning. you're winning to cheat. Now, now, and, and you use club that's why. Right. 277. Seven. That's how you two, play playing. Dustin ਸੋ ਗਾਇਸ ਫਾਈਨਲੀ ਅਸੀਂ ਫਟਾਫਟ ਪਹੁੰਚੇ ਹਾਂ ਬਟ 5 ਮਿੰਟ ਲੇਟ ਹੋ ਗਏ ਆ ਤੇ ਹੁਣ ਮੈਂ ਫਤੇ ਸਿੰਘ ਨੂੰ ਤੇ ਪ੍ਰਿੰਸ ਨੂੰ ਡ੍ਰੌਪ ਕਰਤਾ ਔਰ ਮਮੀ ਕਹਿੰਦੇ ਤੂੰ ਡ੍ਰੌਪ ਕਰ ਦੇ ਅੱਜ ਫੇਰ ਮੈਨੂੰ ਡ੍ਰੌਪ ਕਰਨਾ ਪਿਆ ਫਾਸਟ ਫਾਸਟ ਸੋ ਹੁਣ ਮੈਂ ਪਹੁੰਚੀ ਹਾਂ ਸਬਜ਼ੀਆਂ ਲੈਣ ਗ੍ਰੀਨ ਸਟਰੀਟ ਤੇ ਸਬਜ਼ੀਆਂ ਲੈਣਾ ਆ ਅੱਜ ਨਾ ਮੈਂ ਮੂਲੀ ਦੀ ਭੁਰਜੀ ਮੂਲੀ ਦੇ ਪੱਤੇ ਦੇਖ ਕੇ ਨਾ ਦਿਲ ਕੀਤਾ ਕਿ ਅੱਜ ਮੈਂ ਮੂਲੀ ਦੀ ਭੁਰਜੀ ਬਣਾਵਾਂ ਸੋ ਅੱਜ ਮੈਂ ਡੈਫੀਨਿਟਲੀ ਬਣਾਉਂਗੀ ਆਂ ਇੰਡੀਆ ਵਾਲਾ ਸਮਾਨ ਜਿਹੜਾ ਸੇਮ ਵਗੈਰਾ ਪਟਲ ਤੇ ਉਹ ਕੀ ਆ ਮੁੰਗਰੇ ਐਕਚੁਅਲੀ ਮੁੰਗਰੇ ਵੀ ਹੈਗੇ ਇੱਥੇ ਸਭ ਕੁਝ ਮਿਲ ਲੰਡਨ ਵਿੱਚ एवरीथिंग ਮਿਲਦਾ ਕਈ ਕਹਿੰਦੇ ਆ ਕਿ ਉੱਥੇ ਕੁਝ ਮਿਲਦਾ ਨਹੀਂ ਆ ਵੇਖੋ ਫਰੈਸ਼ ਫਰੈਸ਼ ਮੇਥੀ ਹੈਗੀ ਆ ਆ ਵੀ ਮੈਂ ਲੈ ਕੇ ਜਾਉਂਗੀ ਧਨੀਆ ਵੀ ਲਵੂੰਗੀ ਸਾਰਾ ਕੁਝ ਮੈਂ ਫਰੈਸ਼ ਲੈਂਦੀ ਆ ਆ ਫਰੈਸ਼ ਪਿੰਡੀਆਂ ਵੀ ਆ ਪਿੰਡੀਆਂ ਵੀ ਲੈ ਕੇ ਜਾਉਂਗੀ ਡੈਫੀਨੇਟਲੀ ਛਲਗਮ ਡੈਫੀਨੇਟਲੀ ਤੁਸੀਂ ਮੈਨੂੰ ਦੇਖਿਆ ਹੋਣਾ ਨਾ ਪਹਿਲੇ ਵੀ ਆ ਲੋਕੀ ਵੀ ਮੈਂ ਲਈ ਸੀ ਗ੍ਰੀਨ ਮਿਰਚਾਂ ਹਰੀਆਂ ਮਿਰਚਾਂ ਕਰੇਲੇ ਆ ਸਾਰਾ ਕੁਝ ਮਿਲਦਾ ਹੈ ਇੱਥੇ ਸਭ ਕੁਝ ਫਰੈਸ਼ ਇੱਕਦਮ ਤਾਜ਼ਾ ਤਾਜ਼ਾ ਸਮਾਨ ਹੁੰਦਾ ਹੈ ਸੋ ਫਾਈਨਲੀ ਮੈਂ ਤੇ ਲੈ ਲਿਆ ਸਮਾਨ ਤੇ ਹੁਣ ਆਈ ਆ ਆਪਣੀ ਪਿਆਰੀ ਆਂਟੀ ਕੋਲ ਆਂਟੀ ਦੇ ਜਿਰੋ ਮੇ ਆਉਣਾ ਤੇ ਉਹਨਾਂ ਨੇ ਟੇਸ ਆਫ ਇੰਡੀਆ ਦੇ ਮੈਨੂੰ 골ਗੱਪੇ ਜਰੂਰ ਖਵਾਣੇ ਆ ਜਦੋਂ ਮੈਂ ਇੱਥੇ ਆਂਦੀ ਆਂ 골ਗੱਪੇ ਦਿੰਦੇ ਆ ਤੇ ਉਹ ਇਸ ਕਰਕੇ ਹੱਸਦੇ ਆ ਕਿ ਅਸੀਂ ਵੇਟ ਕਰਦੇ ਆ ਤੇਰਾ ਕਿ ਤੂੰ ਕਿਦੋਂ ਆਣਾ ਹੈ ਤੇ 골ਗੱਪੇ ਖਾਣੇ ਮੈਂ ਕਿਹਾ ਅੱਛਾ ਚਲੋ ਇੱਕ ਪਲੇਟ ਫ੍ਰੀ ਖਵਾ ਦਿਓ ਆਂਟੀ ਇੰਡੀਆ ਤੋਂ ਸਾਮਾਨ ਵੀ ਮੰਗਾਉਂਦੇ ਆ ਕ੍ਰਿਪਸ ਵੀ ਤੇ ਮੇਰੇ ਵੀ ਜੋ ਮੈਂਨਨ ਕੰਦੀਆਂ ਲੈ ਕੇ ਆਇਆ ਕਰੋ ਲੇਜ਼ ਵਗੈਰਾ ਮੈਂ ਉਹਨਾਂ ਇਹਨਾਂ ਕੋਲ ਮੰਗੋਣੀ ਆ ਤੇ ਲੈ ਕੇ ਮੈਨੂੰ ਦਿੰਦੇ ਇੰਡੀਆ ਦੇ ਕਾਫੀ ਵਲੀ ਮੇਰੀ ਆਂਟੀ ਗੁਜਰਾਤੀ ਆ ਆਂਟੀ ਆ ਬੈਸਟ ਆਂਟੀ ਆ ਇਜ਼ ਸ਼ੀ ਇਜ਼ ਰੀਲੀ ਬੈਸਟ ਐਂਡ ਸੋ ਆ ਮੇਰੇ ਫਾਈਨਲੀ ਗੋਲ ਗੱਪੇ ਆ ਤੇ ਆ ਮੈਂ ਖਾ ਲਈ ਤੇ ਹੁਣ ਆ ਮੈਂ ਪਹੁੰਚਣ ਲੱਗੀ ਆ ਆਪਣੇ ਘਰ ਵੱਲ ਨੂੰ ਸਾਮਾਨ ਰੱਖ ਕੇ ਫਿਰ ਬੱਚੇ ਪਿਕ ਕਰਨ ਜਾਣੇ ਆ ਤੇ ਆ ਨਾ ਮੈਨੂੰ ਬਿਲਡਿੰਗ ਦੀਆਂ ਪਿਕਚਰਾਂ ਜੀਆਂ ਦਿਸੀਆਂ ਹੀ ਤੇ ਮੈਂ ਕਿਹਾ ਚਲ ਲੈਨਰ ਵੀ ਖਿੱਚ ਲੈਨੇ ਆ ਤੇ ਇੱਥੇ ਨਾ ਦ ਫੂਡ ਆਫ ਇੰਡੀਅਨ ਟੇਸ ਕਸ਼ਾਪ ਖੁੱਲੀ ਨਵੀਂ ਇੰਡੀਆ ਦੀ ਪਰ ਲਾਈਕ ਦੂਸਰੀ ਹੈ ਨਾਨवेज ਹੈ ਤੇ ਅਸੀਂ ਨਹੀਂ ਖਾ ਸਕਦੇ ਗ੍ਰੇਟ ਇੰਡੀਅਨ ਫੂਡ ਗ੍ਰੇਟ ਇੰਡੀਅਨ ਫੂਡ ਦੀ ਹੈਗੀ ਹੈ ਤੇ ਬਟ ਮੈਨੂੰ ਕਿਹ ਪਤਾ ਨਹੀਂ ਕੀ ਹੈ ਵੈਜੀਟੇਰੀਅਨ ਹੋਗੀ ਬਟ ਨਹੀਂ ਸੋ ਫਾਈਨਲੀ ਮੇਰੀ ਆ ਚੁੱਕੀ ਆਬਾਸ ਤੇ ਹੁਣ ਮੈਂ ਬੈਠੀ ਆ ਬਸ ਤੇ ਨਾ ਐਕਚੁਅਲੀ ਮੈਂ ਨਾ ਥੋੜਾ ਸਮਾਨ ਸਬਜ਼ੀਆਂ ਵਗੈਰਾ ਤੇ ਉੱਥੋਂ ਲੈ ਆਈਆਂ ਇੰਡੀਅਨ ਸ਼ੋਪਾ ਤੋਂ ਤੇ ਹੁਣ ਮੈਂ ਇੱਥੇ ਪਹੁੰਚੀ ਆ ਲਿਡਲ ਲਿਡਲ ਵੱਲ ਨੂੰ ਚੱਲਦੇ ਆ ਇੱਥੇ ਮੈਂ ਲੈਨੇ ਆ ਘਰ ਦੇ ਟਿਸ਼ੂ ਕੱਲ ਗਏ ਸੀ ਸ਼ੋਪਿੰਗ ਅਸੀਂ ਟੈਸਕੋ ਉੱਥੋਂ ਇਨਾ ਸਮਾਨ ਲਿਆ ਨਹੀਂ ਗਿਆ ਕਸਪਾਰਾ ਪਰੋ ਜਿੰਦਾ ਫਿਰ ਬੱਚੇ ਚੁੱਕ ਦੇਣੀ ਆ ਮੈਨੂੰ ਕੱਲੀ ਨੂੰ ਕਰਨਾ ਪੈਣਾ ਟਰੋਲੀ ਮੇਰੇ ਨਾਲ ਉਨੀ ਹੁੰਦੀ ਨਾ ਟਰੋਲੀ ਪਰ ਜਾਂਦੀ ਫਿਰ ਹੁੰਦਾ ਨਹੀਂ ਹੁਣ ਮੈਂ ਟਰੋਲੀ ਫੇਰ ਮੇਰੀ ਖਾਲੀ ਤੇ ਮਿਲਦੇ ਅੰਦਰ ਜਾ ਕੇ ਤੁਹਾਨੂੰ ਸੋ ਫਾਈਨਲੀ ਅਸੀਂ ਪਹੁੰਚਣ ਲੱਗੇ ਅੰਦਰ ਅੰਦਰ ਦੇਖਦੇ ਆ ਕੀ ਕੀ ਲੱਗਾ ਹੈ ਅੱਜ ਸਮਾਨ ਜਿਹੜਾ ਸਮਾਨ ਸਸਤਾ ਹੋਗਣਾ ਉਹ ਹੀ ਲੈ ਲਾਂਗੇ ਪਰ ਲੈਣ ਮੇਂ ਦੋ ਚੀਜ਼ਾਂ ਆਨੀਆਂ ਚੱਕ ਪੂਰੀ ਟਰੋਲੀ ਭਰ ਕੇ ਲੈ ਜੰਨੀ ਆ ਤੇ ਇਸ ਕਰਕੇ ਮੈਨੂੰ ਸਾਰੇ ਗੁੱਸੇ ਹੁੰਦੇ ਆ ਮੇਰੀ ਟਰੋਲੀ ਵੇਖੋ ਹੋਰ ਵੀ ਅੱਧੀ ਭਰੀ ਆ ਤੇ ਨਾਲ ਫਿਰ ਵੀ ਮੈਂ ਲੈਣ ਲੱਗੀ ਆ ਹੋਰ ਸਮਾਨ ਸੋ ਇੱਥੇ ਅਨਿਅਨ ਬਹੁਤ ਸਸਤੇ ਲੱਗੇਗਾ ਤੇ نن ਪੀ ਦੇ ਐਤੇ ਮੈਂ ਕਿ ਦੋ ਲੈ ਲੈਣੀਆਂ ਲੈ ਕੇ 1.25 ਪੰਜੀ ਪੈਣੀਆਂ ਦੇ ਹੋ ਜਾਂਦੇ ਆ ਸੋ ਅਥਮ ਲਈ ਅੰਨੀ ਅੰਤ ਮੈਂ ਨਾਲ ਲੈ ਲੰਗੀ ਆਲੂ ਵੀ ਆਲੂ ਵੀ ਮੈਂ ਕਿਹ ਜਰੂਰੀ ਹੁੰਦੀ ਆ ਗੰਡੇ ਤੇ ਮੈਂ ਦੋ ਲੈ ਲੇ ਬਹੁਤ ਸਸਤੇ ਸੀ ਤੇ ਆਲੂ ਦੇ 1.70 ਪੈਣੀਆਂ ਦੇ ਆਲੂ ਆ ਤੇ ਮੈਂ ਕਿ ਆ ਵੀ ਲੈ ਲੈਨੀ ਆ ਆਲੂ ਵੀ ਸੋ ਮੈਂ ਆਲੂ ਵੀ ਲੈ ਲਿਆ ਹੁਣ ਟਮਾਟਰ ਲੈਣ ਲੱਗੀਆਂ ਆ ਕਿ ਕਿੰਨੇ ਪਿਆਰੇ ਪਿਆਰੇ ਟਮਾਟਰ ਕਯੂਕੰਬਰ ਆ ਛੋਟੇ ਖੀਰੇ ਹੁੰਦੇ ਆ ਨਾ ਜਿੰਨੂੰ ਇਹਨੂੰ ਕਯੂਕੰਬਰ ਕਹਿੰਦੇ ਆ ਨਾ ਇੰਗਲਿਸ਼ ਚ ਤੇ ਆ ਮੈਂ ਦੋ ਪੈਕੇਟ ਲੈ ਲੈਨੀ ਆ ਬਹੁਤ ਟੈਸਟੀ ਹੁੰਦੇ ਆ ਆ ਮੈਨੂੰ ਬਹੁਤ ਪਸੰਦ ਆ ਜੁਰ ਮੈਂ ਲੈ ਕੇ ਵੇਲੀ ਹੁੰਦੀ ਆ ਯੋ ਖਾ ਜੀ ਨੀ ਰੋ ਟਿਫੇ ਨਹੀਂ ਖਾਂਦੀ ਦੁਪਹਿਰੇ ਆ ਕਯੂਕ ਸੈਲਡ ਵਗੈਰਾ ਖਾ ਲਈਦਾ ਥੋੜਾ ਬੋਡੀ ਵੀ ਹੈਲਥੀ ਰਹਿੰਦੀ ਹੈ ਤੇ ਲਾਈਕ ਦਿਮਾਗ ਫਰੈਸ਼ ਰਹਿੰਦਾ ਹੈ ਸੋ ਫਾਈਨਲੀ ਲੈ ਲਿਆ ਇੱਥੇ ਪਿਆਰੇ ਪਿਆਰੀਆਂ ਸਬਜ਼ੀਆਂ ਐ ਸ਼ਿਮਲਾ ਮਿਰਚ ਹਰੀਆਂ ਸਬਜ਼ੀਆਂ ਸੈਪਰੇਟ ਹੁੰਦੀਆਂ ਦੂਜੀਆਂ ਇੱਥੇ ਤੇ ਆ ਚਾਕਲੇਟਾਂ ਲੱਗੀਆਂ ਹਜੇ ਸਸਤੀਆਂ ਨਹੀਂ ਹੁੰਦੀਆਂ 8-8 ਪੌਂਡੀਆਂ ਆ ਤੇ ਇੱਥੇ ਪਹੁੰਚੀਆਂ ਟਿਸ਼ੂ ਵਾਲੀ ਜਗ੍ਹਾ ਤੇ ਤੇ ਆ ਮੈਨੂੰ ਟਿਸ਼ੂ ਲੱਭ ਗਏ ਸਿੰਪਲ ਵਾਲੇ ਮੈਂ ਯੂਜ਼ ਕਰਦੀਆਂ ਔਰ ਥੋੜੇ ਚੀਪ ਹੁੰਦੇ ਆ ਲੈ ਕੇ ਸਸਤੇ ਵੀ ਹੁੰਦੇ ਆ ਤੇ ਨਾਲੇ ਵਧੀਆ ਵੀ ਹੁੰਦੇ ਆ ਤੇ ਉਹ ਜਿਹੜੇ ਮਹਿੰਗੇ ਮੈਂ ਕਿਹਾ ਪੂੰਝ ਕੇ ਸੁੱਟਨੇ ਹੁੰਦੇ ਆ ਤੇ ਫਿਰ ਇਹਨਾਂ ਚੰਗਾ ਸਸ ਲਈ ਤੇ ਹੁਣ ਸੈਲਫ ਸਰਵਿਸ ਕਰਨ ਦੇ ਆ ਤੇ ਇਹਦੇ ਵਿੱਚ ਸਾਰਾ ਸਾਮਾਨ ਮੈਂ ਲੈ ਚੁੱਕੀ ਆ ਹੁਣ ਪਉਣ ਲੱਗੇ ਆ ਪੈਸੇ ਇਹਦੇ ਵਿੱਚ ਤੇ ਮੈਂ ਬੈਗ ਨਹੀਂ ਲਿਆ ਬੈਗ ਮਟਰੋਲੀ ਮੇਰੀ ਆਪਣੀ ਸੀ ਤੇ ਬੈਗ ਦੇ ਵੀ ਪੈਸੇ ਚਾਰਜ ਕਰਦੇ ਆ 30 ਪੈਨੀਆਂ ਲੈਂਦੇ ਆ ਇੱਕ ਬੈਗ ਦੇ ਸੋ ਇੱਥੇ ਪਾਤਾ ਇੱਕ ਪੌਂਡ ਤੇ ਇਹਦੇ ਵਿੱਚ ਮੈਂ ਪਾ ਰਹੀ ਨਹੀਂ 10 ਪੌਂਡ ਐਕਚੁਅਲੀ 10 ਪੌਂਡ 79 ਬਨੇ ਹੀ ਤੇ ਮੈਂ ਹੁਣ ਇੱਥੇ ਪਾ ਕੇ ਚੱਕ ਲੈਣਾ ਜ਼ਰਾ ਸਾਮਾਨ ਸੋ ਗਾਇਸ ਫਾਈਨਲੀ ਮੈਂ ਹੁਣ ਪਿਕ ਕੀ ਤਫਤ ਸਿੰਘ ਨੂੰ ਤੇ ਹੁਣ ਕਰਦੇ ਆ ਚੱਲਦੇ ਤੇ ਗਰੁੱਪ ਕੋਲ ਸੋ ਗਾਇਸ ਨੇ ਆਨੇ ਪਿੱਕ ਕਰਕੇ ਆਈਆਂ ਘਾਰ ਆ ਮੂਲੀਆਂ ਮੈਂ ਪੱਤੇ ਕੱਟ ਲਏ ਇਹਨਾਂ ਦੇ ਤੇ ਇੱਕ ਮੂਲੀ ਵੀ ਮੈਂ ਨਾਲ ਕੱਟ ਲਈ ਆ ਵਾਸ਼ ਕਰ ਲਈ ਆ ਆ ਮੇਰੀ ਮੇਥੀ ਹੈਗੀ ਇੱਥੇ ਰੱਖ ਲਿਆ ਸਾਰਾ ਸਮਾਨ ਬਾਕੀ ਸਮਾਨ ਮੈਂ ਪਾਤਾ ਫ੍ਰਿਜ ਵਿੱਚ ਤੇ ਆ ਮੂਲੀਆਂ ਦੇ ਪੱਤੇ ਆ ਚੰਗੀ ਤਰ੍ਹਾਂ ਵਾਸ਼ ਕੀਤੇ ਆ ਮੂਲੀਆਂ ਕੱਟ ਲਈਆਂ ਇੱਕ ਮੈਂ ਆਲੂ ਵੀ ਪਾ ਲਿਆ ਮੈਂ ਕਿ ਭਾਈਚਾਸ ਕੋੜੀ ਨਾ ਬਣੇ ਬਟ ਨਹੀਂ ਬੰਦ ਇੱਕ ਵਾਰੀ ਮੈਂ ਪਹਿਲੇ ਵੀ ਟਰਾਈ ਕੀਤਾ ਸੀ ਸੋ ਇੱਥੇ ਮੈਂ ਪਿੰਡੀਆਂ ਵੀ ਕੱਟ ਕੇ ਵਾਸ਼ ਕਰ ਲਈਆਂ ਤੇ ਕੱਟ ਲਈਆਂ ਤੇ ਹੁਣ ਮੈਂ ਇੱਧਰ ਆਨਿਅਨ ਚੋਪ ਕਰ ਲਈ ਆ ਤੇ ਗ੍ਰੀਨ ਚਿਲੀ ਲਾ ਕੇ ਰੱਖ ਲਈ ਐਕਚੁਅਲੀ ਸਾਰਾ ਕੁਝ ਮੈਂ ਰੈਡੀ ਕਰਕੇ ਚੱਕ ਲੜ ਗਿਆ ਮੈਂ ਥਾਲੀ ਕੋ ਮਾਈ ਤੇ ਸੋ ਆ ਮੇਰੀ ਥਾਲੀ ਕੋ ਮੰਗੀ ਹੈ ਤੇ ਮਿਰਚਾ ਥੱਲੇ ਡਿੱਗ ਗਈਆਂ ਸੋ ਆ ਦੇਖੋ ਗਾਇਸ ਮੇਰੀਆਂ ਸੋਹਣੀਆਂ ਸੋਹਣੀਆਂ ਪਿੰਡੀਆਂ ਕੜਾਈਆਂ ਦੋਵੇਂ ਰੱਖ ਲੀਆਂ ਦੋਵੇਂ ਗੈਸ ਬਾਲ ਦਿੱਤੇ ਐਕਚੁਅਲੀ ਤੇ ਮੈਂ ਕਿਹਾ ਨਾਲੋਂ ਨਾਲ ਬੱਲੀ ਜਾਣਗੇ ਗੈਸ ਤੇ ਗਰਮ ਹੋ ਜਾਣਗੇ ਫਿਰ ਦੋਵੇਂ ਨਾਲੋਂ ਨਾਲ ਬਣਾ ਲੂੰਗੀ ਉਹ ਵੀ ਬਾਲ ਦਿੱਤਾ ਮੱਠਾ ਗੈਸ ਕਰ ਦਿੱਤਾ ਉੱਥੇ ਤੇਲ ਪਾ ਕੇ ਪਹਿਲਾਂ ਇੱਧਰ ਥੋੜਾ ਬਣਾ ਕੇ ਫਿਰ ਉੱਧਰ ਬਣਾਉਂਗੀ ਸੋ ਹੁਣ ਜਿਹੜਾ ਸਾਰਾ ਕੁਝ ਬਣ ਜਾਊਗਾ ਫਿਰ ਮੈਂ ਤੁਹਾਨੂੰ ਮਿਲੂੰਗੀ ਠੀਕ ਹੈ ਗਾਇਸ ਬਿਕਾਜ਼ ਪਹਿਲੇ ਮੈਂ ਬਣਾਉਣ ਲੱਗੀ ਆ ਪਿੰਡੀਆਂ ਐਕਚੁਅਲੀ ਪਾਲੀਆਂ ਪਿੰਡੀਆਂ ਤੇ ਬਣਾ ਕੇ ਫੇਰ ਬਣਾਉਂਗੀ ਮੂਲੀ ਦੀ ਪੁਰਜੀ ਸੋ ਮੈਂ ਪਿੰਡੀਆਂ ਬਣਾ ਲੀਆਂ ਤੇ ਇੱਥੇ ਮੂਲੀ ਦੀ ਪੁਰਜੀ ਵੀ ਲਾਤੇ ਹੀ ਤੜਕਾ ਆ ਵੇਖੋ ਗਾਇਸ ਇੰਨਾ ਸੋਹਣਾ ਕਲਰ ਆਇਆ ਦੋਵਾਂ ਦਾ ਆ ਹੈਗੀ ਪਿੰਡੀ ਪੁਰਜੀ ਐਂ ਮੂਲੀ ਪੁਰਜੀ ਸੈਪਰੇਟ ਸੈਪਰੇ ਬਣਾਈ ਜਿੰਨੀ ਜੋ ਖਾਣਾ ਖਾ ਸਕਦਾ ਹੈ ਬਣੋਂਨੀ ਮੈਂ ਦੋ ਚੀਜ਼ਾਂ ਆਲਵੇਜ਼ ਆ ਤੁਹਾਨੂੰ ਪਤਾ ਹੀ ਆ ਹਮੇਸ਼ਾ ਕੁਕਿੰਗ ਵਗੈਰਾ ਕਰਦੀ ਆ ਤੇ ਦੋ ਚੀਜ਼ਾਂ ਡੈਫੀਨਿਟਲੀ ਮੇਰੇ ਕਿਚਨ ਚ ਬਣਦੀਆਂ ਐਵਰੀ ਡੇ ਐਵਰੀ ਡੇ ਦੋ ਵਰੀ ਬਸ ਰੋਟੀ ਤੇ ਸ਼ਾਮ ਦੀ ਸਾਡਾ ਡਿਨਰ ਹੀ ਬਣਦਾ ਦੁਪਹਿਰ ਨੂੰ ਕੁਝ ਨਹੀਂ ਬਣਦਾ ਮਾਰਨਿੰਗ ਨੂੰ ਕੁਝ ਨਹੀਂ ਬਣਦਾ ਮਾਰਨਿੰਗ ਟਾਈਮ ਅਸੀਂ ਬ੍ਰੈਕ ਸੀਰੀਅਲ ਪਪੜੀਆਂ ਤੇ ਦੁਪਹਿਰੇ ਜੇ ਕੁਛ ਰਹਿਦਾ ਬਚਿਆ ਤੇ ਮੈਂ ਕੱਲੀ ਹੁੰਨੀ ਆ ਘਰ ਤੇ ਕੁਛ ਖਾ ਲੈਣੀ ਜੇ ਬੱਚੇ ਹੁੰਦੇ ਫੇ ਪਰੌਂਠੇ ਵਗੈਰਾ ਪੀਜ਼ਾ ਚਿਪਸਾਂ ਉਹ ਐ ਸਭ ਚੀਜ਼ਾਂ ਖਾਂਦੇ ਆ ਦੁਪਹਿਰ ਦੇ ਟਾਈਮ ਤੇ ਰਾਤ ਨੂੰ ਸਾਡਾ ਡਿਨਰ ਬੰਦਾ ਰੋਟੀ ਦਾ ਰੋਟੀ ਡੈਫੀਨਿਟਲੀ ਸਾਡੇ ਘਰ ਬੱਕਦੀ ਐ ਏਵਰੀ ਡੇ ਬਿਨਾ ਨਾਗੇ ਤੋਂ ਤੇ ਇੰਡੀਅਨ ਫੂਡ ਮੈਂ ਇੱਕ ਟਾਈਮ ਬੱਚਿਆਂ ਨੂੰ ਜ਼ਰੂਰ ਖਵਾਉਣੀ ਆ ਘਰ ਵਿੱਚ ਫੈਮਿਲੀ ਵਿੱਚ ਅਸੀਂ ਖਾਂਦੇ ਆ ਇੰਡੀਅਨ ਫੂਡ ਉਹ ਵੀ ਸ਼ਾਮ ਦੇ ਟਾਈਮ 6:00 ਸਾਡਾ ਡਿਨਰ ਹੋ ਜਾਂਦਾ ਉਸ ਤੋਂ ਬਾਅਦ ਫੇਰ ਨਹੀਂ ਅਸੀਂ ਕੁਛ ਖਾਂਦੇ 7:00 7:00 ਕਲੋਕ ਤੱਕ ਫਿਨਿਸ਼ ਐਵਰੀ ਅਨ 8 ਵਜੇ ਅਸੀਂ ਬੱਡਾ ਦਿਵਾੜ ਦਿੰਨੇ ਬੱਚਿਆਂ ਨੂੰ ਬਿਕਾ ਸਵੇਰੇ ਜਲਦੀ ਉੱਠਣਾ ਹੁੰਦਾ ਹੈ ਇਸ ਕਰਕੇ ਸਾਡੀ ਰੁਟੀਨ ਬਣੀ ਹੋਈ ਹੈ ਮਾਰਨਿੰਗ ਤੋਂ ਲੈ ਕੇ 9:00 ਟੂਕ ਤੱਕ 9:00 ਕਲੋਕ ਅਸੀਂ ਸੋ ਜਾਣਾ ਹੁੰਦਾ ਹੈ ਸੋ ਗਾਇਸ ਮਿਲਾਂਗੇ ਨਵੇਂ ਤੇ ਵਧੀਆ ਵਲੋਗ ਨਾਲ ਇੱਥੇ ਕਰਦੇ ਆ ਵਲੋਗ ਐਂਡ ਜੇ ਚੰਗਾ ਲੱਗਾ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਥੈਂਕ ਯੂ ਗਾਇਸ ਬਾਏ